ਰਜਿੰਦਰ ਸਿੰਘ ਬੇਦੀ ਦੀ ਕਹਾਣੀ ਹੈ ਰਹਿਮਾਨ ਦੀ ਜੁੱਤੀ ਸਾਰਾ ਦਿਨ ਕੰਮ ਕਰਨ ਪਿਛੋਂ ਜਦੋਂ ਬੁੱਢਾ ਰਹਿਮਾਨ ਘਰ ਪਹੁੰਚਿਆ ਤਾਂ ਉਹਨੂੰ ਡਾਢੀ ਭੁੱਖ ਲੱਗੀ ਸੀ ਜੀਨਾ ਦੀ ਮਾਂ ਜੀਨਾ ਦੀ ਮਾਂ ਉਹਨੇ ਉੱਚੀ ਆਵਾਜ਼ ਚ ਕਿਹਾ ਰੋਟੀ ਪਾ ਦੇ ਬਸ ਛੱਟਾ ਪੱਟ ਬੁੱਢੀ ਉਦੋਂ ਕੱਪੜੇ ਪਿਓਈ ਬੈਠੀ ਸੀ ਇਹ ਤੋਂ ਪਹਿਲਾਂ ਕਿ ਉਹ ਆਪਣੇ ਹੱਥ ਪੁੰਝਦੀ ਰਹਿਮਾਨ ਨੇ ਛੱਟ ਆਪਣੀ ਜੁੱਤੀ ਲਾ ਕੇ ਮੰਜੀ ਹੇਠ ਸਰਕਾ ਦਿੱਤੀ ਤੇ ਖੱਦਰ ਦੇ ਮੁਲਤਾਨੀ ਤਹਿਮਤ ਨੂੰ ਜ਼ਰਾ ਉੱਚਾ ਚੁੱਕ ਕੇ ਮੰਜੀ ਉੱਤੇ ਨਿੱਠ ਕੇ ਬੈਠਦਾ ਹੋਇਆ ਬੋਲਿਆ ਬismillah ਬੁੱਢਾ ਪੇਚ ਭੁੱਖ ਜਵਾਨ ਹੋ ਜਾਂਦੀ ਹੈ ਰਹਿਮਾਨ ਦੀ ਬismillah ਬੁੱਢਾਪੇ ਤੇ ਜਵਾਨੀ ਦੀ ਉਸ ਦੌੜ ਵਿੱਚ ਥਾਲੀ ਨਾਲੋਂ ਬੜੀ ਪਹਿਲਾਂ ਤੇ ਖਾਸੀ ਦੂਰ ਨਿਕਲ ਗਈ ਸੀ ਤੇ ਬੁੱਢੀ ਨੇ ਅਜੇ ਤਾਈ ਸੱਜੀ ਕੱਪੜੇ ਧੋਣ ਵਾਲਾ ਸੋਡਾ ਤੇ ਨੀਲ ਵਾਲੇ ਹੱਥ ਦੁਪੱਟੇ ਨਾਲ ਨਹੀਂ ਸੀ ਪੁੰਝੇ ਜੀਨ੍ਹਾਂ ਦੀ ਮਾਂ ਪਿਛਲੇ 40 ਸਾਲਾਂ ਤੋਂ ਆਪਣੇ ਹੱਥ ਦੁਪੱਟੇ ਨਾਲ ਹੀ ਪੁੰਹਦੀ ਸੀ ਤੇ ਰਹਿਮਾਨ ਲਗਭਗ ਇੰਨੇ ਅਰਸੇ ਤੋਂ یوں ਸੁੱਤੇ ਖਿਜਦਾ ਰਿਹਾ ਸੀ ਪਰ ਅਜ ਅਚਨਕ ਉਹ ਆਪ ਵੀ ਉਹਦੀ ਸਮਾਂ ਬਚਾਉਣ ਦੀ ਉਦਾਸਤਾ ਨੂੰ ਸਲਾਉਣ ਲੱਗ ਪਿਆ ਸੀ ਰਹਿਮਾਨ ਬੋਲਿਆ ਜੀਨਾ ਦੀ ਮਾਂ ਜਰਾ ਜਲਦੀ ਤੇ ਬੁੱਢੀ ਆਪਣੇ 44 ਸਾਲਾ ਪੁਰਾਣੇ ਸੁਭਾਅ ਅਨੁਸਾਰ ਬੋਲੀ ਓਹੋ ਜਰਾ ਸਾਹ ਤਾਂ ਲੈ ਬਾਬਾ ਤੂੰ ਸੋ ਸਬਬੀ ਰਹਿਮਾਨ ਦੀ ਨਿਗਾ ਆਪਣੀ ਜੁੱਤੀ ਉੱਤੇ ਜਾ ਪਈ ਜਿਹੜੀ ਉਹਨੇ ਕਾਲ ਚ ਲਾ ਕੇ ਮੰਜੀ ਹੇਠ ਸਰਕਾਰਤੀ ਸੀ ਰਹਿਮਾਨ ਦੀ ਇੱਕ ਜੁੱਤੀ ਦੂਜੀ ਤੇ ਚੜੀ ਹੋਈ ਸੀ ਇਹ ਭੂਵਿਖੇ ਚ ਕਿਸੇ ਸਫਰ ਤੇ ਜਾਣ ਦੀ ਨਿਸ਼ਾਨੀ ਸੀ ਰਹਿਮਾਨ ਨੇ ਹੱਸਦਿਆਂ ਹੋਇਆਂ ਕਿਆ ਅੱਜ ਫੇਰ ਮੇਰੀ ਜੁੱਤੀ ਜੁੱਤੀ ਤੇ ਚੜੀ ਹੋਈ ਏ ਜੀਨਾਂ ਦੀ ਮਾਂ ਅੱਲਾ ਜਾਣੇ ਕਿਹੜੇ ਸਫ਼ਰ ਤੇ ਜਾਣਾ ਮੈਂ ਜੀਨਾਂ ਨੂੰ ਮਿਲਣ ਜਾਣਾ ਔਰ ਕਿੱਥੇ ਜਾਣਾ ਤੈ ਬੁੱਢੀ ਬੋਲੀ ਐਵੇਂ ਤਾਂ ਨਹੀਂ ਤੇਰਾ ਗੁੱਦੜ ਧੁੰਦੀ ਪਈ ਮੈਂ ਬੁੱਢਿਆ ਦੋ ਡਬਲੀ ਪੈਸਿਆਂ ਦਾ ਤਾਂ ਸੋਡਾ ਨੀਲ ਹੀ ਲੱਗ ਗਿਆ ਤੇਰੇ ਕੱਪੜਿਆਂ ਨੂੰ ਤੇ ਤੂੰ ਦੋ ਪੈਸੇ ਕਮਾਈ ਵੀ ਐ ਕਦੀ ਆਹੋ ਸੱਚ ਕੱਲ ਮੈਂ ਆਪਣੀ ਇਕਲੌਤੀ ਬੱਚੀ ਨੂੰ ਮਿਲਣ ਅੰਬਾਲੇ ਜਾਣਾ ਤਾਂ ਇਹ ਤਾਂ ਇਹ ਜੁੱਤੀ ਜੁੱਤੀ ਨਾਲੋਂ ਵੱਖ ਹੋਣ ਦਾ ਨਾਂ ਨਹੀਂ ਲੈਂਦੀ ਪਈ ਪਿਛਲੇ ਸਾਲ ਵੀ ਜਦੋਂ ਇਹ ਜੁੱਤੀ ਜੁੱਤੀ ਤੇ ਚੜੀ ਸੀ ਤਾਂ ਰਹਿਮਾਨ ਨੂੰ ਪਰਚੀ ਪਾਉਣ ਖਾਤਰ ਜ਼ਿਲ੍ਹਾ ਕਚਹਿਰੀ ਜਾਣਾ ਪਿਆ ਸੀ ਉਹਨੂੰ ਇਸ ਸਾਲ ਦਾ ਸਫ਼ਰ ਤੇ ਜੁੱਤੀਆਂ ਦੇ ਕਰਤੂਤ ਚੰਗੀ ਤਰ੍ਹਾਂ ਯਾਦ ਸੀ ਜ਼ਿਲ੍ਹਾ ਕਚਹਿਰੀ ਤੋਂ ਵਾਪਸੀ ਵੇਲੇ ਉਹਨੂੰ ਪੈਦਲ ਹੀ ਆਉਣਾ ਪਿਆ ਸੀ ਕਿਉਂਕਿ ਬਣਨ ਵਾਲੇ ਮੈਂਬਰ ਨੇ ਤਾਂ ਵਾਪਸੀ ਦਾ ਕਿਰਾਇਆ ਵੀ ਨਹੀਂ ਸੀ ਦਿੱਤਾ ਉਸ ਵਿੱਚ ਮੈਂਬਰ ਦਾ ਕਸੂਰ ਨਹੀਂ ਸੀ ਬਲਕਿ ਜਦੋਂ ਰਹਿਮਾਨ ਪਰਚੀ ਉੱਤੇ ਨੀਲੀ ਚਰਖੀ ਦਾ ਨਿਸ਼ਾਨ ਲਾਉਣ ਲੱਗਿਆ ਸੀ ਤਾਂ ਉਹਦੇ ਹੱਥ ਕੰਬ ਗਏ ਸਨ ਤੇ ਘਬਰਾਹਟ ਚ ਨਿਸ਼ਾਨ ਕਿਸੇ ਦੂਜੇ ਮੈਂਬਰ ਦੇ ਹੱਕ ਚ ਲੱਗ ਗਿਆ ਸੀ ਜਿਨ੍ਹਾਂ ਨੂੰ ਮਿਲਿਆ 2 ਸਾਲ ਹੋ ਚੱਲੇ ਸਨ ਜੀਨਾਮ ਵਾਲੇ ਵਿਆਹੀ ਸੀ ਉਹਨਾਂ 2 ਸਾਲਾਂ ਚ ਆਖਰੀ ਕੁਝ ਮਹੀਨੇ ਰਹਿਮਾਨ ਨੇ ਬੜੀ ਔਖ ਨਾਲ ਬਤਾਏ ਸਨ ਉਹਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਮਗਦੀ ਹੋਈ ਪਾਥੀ ਉਹਦੇ ਦਿਲ ਤੇ ਰੱਖੀ ਹੋਈ ਹੋਵੇ ਤੇ ਜਦੋਂ ਉਹਨੂੰ ਜੀਨਾਂ ਨੂੰ ਮਿਲਣ ਦਾ ਖਿਆਲ ਆਉਂਦਾ ਤਾਂ ਉਹਨੂੰ ਕੁਝ ਸ਼ਾਂਤੀ ਕੁਝ ਤਸੱਲੀ ਜੀ ਹੁੰਦੀ ਤੇ ਜਦੋਂ ਮਿਲਣ ਦਾ ਖਿਆਲ ਹੀ ਇੰਨਾ ਤਸੱਲੀ ਭਰਿਆ ਸੀ ਤਾਂ ਮਿਲਣਾ ਕਿਆ ਹੋਏਗਾ ਬੁੱਢਾ ਰਹਿਮਾਨ ਬੜੀ ਹਸਰਤ ਨਾਲ ਸੋਚਦਾ ਉਹ ਆਪਣੀ ਲਾਡਲੀ ਧੀ ਨੂੰ ਮਿਲੇਗਾ ਤੇ ਫਿਰ ਤਲੰਗਿਆਂ ਦੇ ਸਰਦਾਰ ਅਲੀ ਮੁਹੰਮਦ ਨੂੰ ਪਹਿਲਾਂ ਤਾਂ ਰੋਏਗਾ ਫਿਰ ਹੱਸਣ ਲੱਗੇਗਾ ਫਿਰ ਰੋ ਪਏਗਾ ਤੇ ਆਪਣੇ ਨਿੱਕੇ ਦੋ ਤਵਾਨ ਨੂੰ ਗਲੀਆਂ ਬਾਜ਼ਾਰਾਂ ਚ ਖਿਡਾਉਂਦਾ ਫਿਰੇਗਾ ਇਹ ਤਾਂ ਮੈਂ ਭੁੱਲ ਹੀ ਗਿਆ ਸੀ ਜਿਨ੍ਹਾਂ ਦੀ ਮਾਂ ਰਹਿਮਾਨ ਨੇ ਮਨਜੀਤ ਦੀ ਟੁੱਟੀ ਰੱਸੀ ਨੂੰ ਆਦਤ ਅਨੁਸਾਰ ਆਪਸ ਵਿੱਚ ਰਗੜ ਕੇ ਤੋੜਦਿਆਂ ਕਿਹਾ ਬੁੱਢਾਪੇ 'ਚ ਚੇਤਾ ਕਿੰਨਾ ਮਾੜਾ ਹੋ ਜਾਂਦਾ ਹੈ ਅਲੀ ਮੁਹੰਮਦ ਜੀ ਨਾਂ ਦਾ ਘਰ ਵਾਲਾ ਸੀ ਨਰਵਾ ਜਵਾਨ ਸੀ ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਨਾਇਕ ਬਣ ਗਿਆ ਸੀ ਤਲੰਗੇ ਉਹਨੂੰ ਆਪਣਾ ਸਰਦਾਰ ਕਹਿੰਦੇ ਸਨ ਅਮਨ ਸ਼ਾਂਤੀ ਦੇ ਦਿਨਾਂ ਚੱਲੇ ਮੁਹੰਮਦ ਬੜੇ ਜੋਸ਼ ਨਾਲ ਹਾਕੀ ਖੇਡਦਾ ਹੁੰਦਾ ਸੀ ਐਨ ਡਬਲਯੂ ਆਰ ਪੁਲਿਸਮੈਨ ਬਰਗੇਡ ਵਾਲੇ ਯੂਨੀਵਰਸਿਟੀ ਵਾਲੇ ਉਹਨੇ ਸਾਰੇ ਹਰਾ ਦਿੱਤੇ ਸਨ ਹੁਣ ਤਾਂ ਆਪਣੀ ਐਮਟੀ ਨਾਲ ਬਸਰਾ ਜਾਣ ਵਾਲਾ ਸੀ ਕਿਉਂਕਿ ਇਰਾਕ ਵਿੱਚ ਰਸ਼ੀਦ ਅਲੀ ਕਾਫੀ ਤਾਕਤ ਇਕੱਠੀ ਕਰ ਚੁੱਕਿਆ ਇਸ ਹਾਕੀ ਕਰਕੇ ਅਲੀ ਮੁਹੰਮਦ ਕੰਪਨੀ ਕਮਾਂਡਰ ਦੀਆਂ ਨਜ਼ਰਾਂ 'ਚ ਖਾਸਾ ਚੜ ਗਿਆ ਸੀ ਨਾਇਕ ਬਣਨ ਤੋਂ ਪਹਿਲਾਂ ਉਹ ਜੀਨਾ ਨਾਲ ਬੜਾ ਚੰਗਾ ਸਲੂਕ ਕਰਦਾ ਸੀ ਪਰ ਉਹ ਪਿੱਛੋਂ ਆਪਣੀਆਂ ਹੀ ਨਜ਼ਰਾਂ 'ਚ ਇੰਨਾ ਵੱਡਾ ਹੋ ਗਿਆ ਕਿ ਪੈਰਾਂ 'ਚ ਬੈਠੀ ਜੀਨਾ ਨੂੰ ਨਜ਼ਰ ਹੀ ਨਹੀਂ ਸੀ ਆਉਂਦੀ ਉਦਾਇਕ ਹੋਰ ਵੀ ਕਾਰਨ ਸੀ ਮਿਸਿਸ ਹਾਲਟ ਕੰਪਨੀ ਕਮਾਂਡਰ ਦੀ ਘਰ ਵਾਲੀ ਨੇ ਇਨਾਮ ਵੰਡ ਸਮਾਗਮ ਸਮੇਂ ਅੰਗਰੇਜ਼ੀ ਵਿੱਚ ਅਲੀ ਮੁਹੰਮਦ ਨੂੰ ਕੁਝ ਕਿਹਾ ਸੀ ਜ ਜਦਾ ਅਨੁਵਾਦ ਸੂਬੇਦਾਰ ਨੇ ਕੀਤਾ ਸੀ ਮੈਂ ਚਾਹਨੀਆ ਤੇਰੀ ਸਟਿਕ ਚੁੰਮ ਲਵਾਂ ਅਲੀ ਮੁਹੰਮਦ ਦਾ ਖਿਆਲ ਸੀ ਕਿ ਸ਼ਬਦ ਸਟਿਕ ਨਹੀਂ ਹੋਣਾ ਕੁਝ ਹੋਰ ਹੋਏਗਾ ਬੜੇ ਖਾਲੂ ਸੁਭਾ ਦਾ ਆਦਮੀ ਹੈ ਸੂਬੇਦਾਰ ਅੰਗਰੇਜ਼ੀ ਵੀ ਤਾਂ ਗੋਹਾਣੇ ਤਾਈਂ ਦੀ ਪੜਿਆ ਹੈ ਤੇਰੇ ਮਾਂ ਨੂੰ ਇੰਜ ਮਹਿਸੂਸ ਹੋਣ ਲੱਗਿਆ ਜਿਵੇਂ ਉਹਨੇ ਆਪਣੀ ਜਵਾਈ ਨੂੰ ਨਹੀਂ ਕਿਸੇ ਬੜੇ ਵੱਡੇ ਅਫਸਰ ਨੂੰ ਮਿਲਣ ਜਾਣਾ ਹੈ। ਉਹਨੇ ਮੰਜੀ ਤੋਂ ਝੁੱਕ ਕੇ ਜੁੱਤੀ ਤੋਂ ਜੁੱਤੀ ਲਾਈ ਜਿਵੇਂ ਔਮਬਾਲੇ ਜਾਣ ਤੋਂ ਡਰਦਾ ਹੋਵੇ। ਇਹ ਸਰਸੇ ਚ ਜੀਨਾ ਦੀ ਮਾਂ ਰੋਟੀ ਲੈ ਆਈ। ਅੱਜ ਉਹਦੇ ਪਾਸੋਂ ਉਲਟ ਮੀਟ ਬਣਾਇਆ ਹੋਇਆ ਸੀ। ਜੀਨਾ ਦੀ ਮਾਂ ਨੇ ਬੜੀ ਮੁਸ਼ਕਲ ਨਾਲ ਮੰਡੀੋਂ ਮੀਟ ਮੰਗਵਾਇਆ ਸੀ ਤੇ ਉਸ 'ਚ ਕਾਫੀ ਸਾਰਾ ਘਿਓ ਪਾਇਆ ਸੀ। 6 ਮਹੀਨੇ ਪਹਿਲਾਂ ਰਹਿਮਾਨ ਨੂੰ ਤਿੱਲੀ ਦੀ ਖਰਾਬੀ ਦਾ ਰੋਗ ਲੱਗ ਗਿਆ ਸੀ। ਇਸ ਲਈ ਉਹ ਗੋੜ ਤਿਲ ਬੈਂਗਣ ਮਸਰਾਂ ਦੀ ਦਾਲ ਮੀਟ ਤੇ ਚਿਕਨਾਈ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਦਾ ਸੀ ਇਸ 6 ਮਹੀਨਿਆਂ ਦੇ ਅਰਸੇ 'ਚ ਰਹਿਮਾਨ ਨੇ ਸ਼ਾਇਦ ਸੇਰ ਦੇ ਲਗਭਗ ਨਸ਼ਾਦਰ ਲੱਸੀ 'ਚ ਘੋਲ ਕੇ ਪੀ ਲਿਆ ਸੀ ਤਾਂ ਕਿਤੇ ਜਾ ਕੇ ਉਹਦੀ ਸਾਹ ਦੀ ਤਕਲੀਫ ਕੁਝ ਘੱਟ ਹੋਈ ਸੀ ਭੁੱਖ ਲੱਗਣ ਦੇ ਨਾਲ ਨਾਲ ਉਹਦੇ ਪਿਸ਼ਾਬ ਦੀ ਪੀਲਕ ਸਫੈਦੀ 'ਚ ਬਦਲੀ ਸੀ ਅੱਖਾਂ ਦਾ ਗੰਧਲਾ ਤੇ ਧੁੰਦਲਾਪਨ ਜਿਵੇਂ ਦਾ ਤੇਵੇਂ ਸੀ ਤੇ ਪਲਕਾਂ ਦਾ ਫੜਕਣਾ ਉਵੇਂ ਹੀ ਸੀ ਤੇ ਚਮੜੀ ਕਾਲੀ ਸਿਆਹ ਹੋ ਗਈ ਸੀ ਮੀਟ ਵੇਖ ਕੇ ਰਹਿਮਾਨ ਹਿਰਖ ਗਿਆ ਬੋਲਿਆ ਚਾਰ ਪੰਜ ਦਿਨ ਪਹਿਲਾਂ ਤਾ ਤੂੰ ਬੈਂਗਣ ਬਣਾਏ ਸੀ ਉਦੋਂ ਮੈਂ ਚੁੱਪ ਰਿਆ ਪਰਸੋ ਮਸਰਾਂ ਦੀ ਦਾਲ ਬਣਾਈ ਬੈਠੀ ਸੀ ਉਦੋਂ ਵੀ ਮੈਂ ਚੁੱਪ ਰਿਆ ਤਾਂ ਤੂੰ ਬਸ ਚਾਹੁੰਦੀ ਐ ਵੀ ਮੈਂ ਬੋਲਾਂ ਹੀ ਨਾ ਮਰੀ ਮਿੱਟੀ ਬਣਿਆ ਰਹਾ ਸੱਚ ਕਹਿ ਰਿਹਾ ਤੂੰ ਮੈਨੂੰ ਮਾਰਨ ਤੇ ਤੁਲੀ ਹੋਈ ਐ ਜੀ ਇਹਨਾਂ ਦੀ ਮਾਂ ਬੁੱਢੀ ਨੂੰ ਪਹਿਲੇ ਦਿਨ ਤੋਂ ਹੀ ਜਿਸ ਦਿਨ ਉਹਨੇ ਬੈਂਗਣ ਬਣਾਏ ਸੀ ਰਹਿਮਾਨ ਤੋਂ ਇਹੋ ਕੁਝ ਸੁਣਨ ਦੀ ਆਸ ਸੀ ਪਰ ਰਹਿਮਾਨ ਦੀ ਚੁੱਪ ਤੋਂ ਬੁੱਢੀ ਨੇ ਉਲਟੇ ਅਰਥ ਲੈ ਦਰਅਸਲ ਬੁੱਢੀ ਨੇ ਇੱਕ ਨਖੱਟੂ ਪਿੱਛੇ ਆਪਣੇ ਸਾਰੇ ਸਵਾਦ ਤਿਆਗ ਦਿੱਤੇ ਸਨ ਬੁੱਢੀ ਦੇ ਸੋਚਣ ਦਾ ਢੰਗ ਵੀ ਨਿਆਰਾ ਸੀ ਜਦੋਂ ਦੀ ਉਹ ਮੋٹے ਢਿੱਡ ਵਾਲੇ ਉਸ ਢਾਂਚੇ ਨਾਲ ਵੱਜੀ ਸੀ ਉਹਨੇ ਸੁਖੀ ਕਿਹੜਾ ਵੇਖਿਆ ਸੀ ਫਿਰ ਇੱਕ ਤਰਬੂਜ਼ ਤੋਂ ਤੇ ਲੱਕੇ ਗੁੱਡਾ ਤੜਵਾ ਬੈਠਣ ਪਿੱਛੋਂ ਪੈਨਸ਼ਨ ਲੈ ਲਈ ਸੀ ਉਹਨੇ ਤੇ ਘਰੇ ਬੈਠਾ ਰਹਿੰਦਾ ਸੀ ਤੇ ਬੁੱਢੀ ਨੇ ਕੱਪੜੇ ਨਿਚੋੜਦਿਆਂ ਕਿਹਾ ਤੂੰ ਨਾ ਖਾ ਬਾਬਾ ਤੇਰੀ ਖਾਤਰ ਮੈਂ ਤਾਂ ਨਹੀਂ ਮਰਨਾ ਸੁਖਿਆ ਮੈਨੂੰ ਤਾਂ ਰੋਜ਼-ਰੋਜ਼ ਦਾਲ ਚੰਗੀ ਨਹੀਂ ਲੱਗਦੀ। ਰਹਿਮਾਨ ਦਾ ਜੀ ਕੀਤਾ ਕਿ ਮੰਜੀ ਹੀઠੋ ਜੁੱਤੀ ਚੁੱਕ ਲੈ ਤੇ ਉਸ ਬੁੱਢੀ ਦੇ ਸਿਰ ਦੇ ਰੇਸੇ ਵਾਲ ਵੀ ਝਾੜ ਦੇਵੇ। ਸਿਰ ਦੀ ਖੁਸ਼ਕੀ ਦੇ ਲੱਥ ਦੇ ਆਈ ਬੁੱਢੀ ਦਾ ਜਮੰਦਰੂ ਨਜ਼ਲਾ ਵੀ ਠੀਕ ਹੋ ਜਾਏਗਾ। ਪਰ ਕੁਝ ਗਰਾਈਆਂ ਮੂੰਹ 'ਚ ਪਾਉਣ ਪਿੱਛੇ ਉਤਰਨ ਤੋਂ ਨਹੀਂ ਸੋਚਿਆ। ਪਿੱਤਾ ਵਧਿਆ ਤਾਂ ਵਧਿਆ ਰਹੀਂ। ਕਿੰਡਾ ਸੁਆਦ ਮੀਠ ਬਣਾਇਆ ਮੇਰੀ ਜੀਨਾ ਦੀ ਮਾਂ ਨੇ ਤੇ ਮੈਂ ਵੀ ਲੋਨਾ ਸ਼ਿਕਰਾਮ ਪੂਰਾ ਤੇ ਫਿਰ ਰਹਿਮਾਨ ਚਟਕਾਰੇ ਲੈ ਲੈ ਸਬਜ਼ੀ ਖਾਣ ਲੱਗਾ ਤਰੀਚ ਭਿੱਜੀ ਬੁਰਕੀ ਉਹਦੇ ਮੂੰਹ 'ਚ ਜਾਂਦੀ ਤਾਂ ਉਹਨੂੰ ਖਿਆਲ ਆਉਂਦਾ ਅਖਰ ਉਹਨੇ ਜੀਨਾਂ ਦੀ ਮਾਂ ਨੂੰ ਕਿਹੜਾ ਸੁੱਖ ਦਿੱਤਾ ਉੱਚਾਉਂਦਾ ਸੀ ਕਿ ਤਹਿਸੀਲ 'ਚ ਚਪੜਾਸੀ ਲੱਗ ਜਾਏ ਤੇ ਫਿਰ ਉਹਨਾਂ ਦੇ ਪੁਰਾਣੇ ਦਿਨ ਮੋੜ ਆਣ ਖਾਣ ਪੀਣ 'ਚੋਂ ਰਹਿਮਾਨ ਨੇ ਆਪਣੀ ਉਂਗਲਾ ਪੱਗ ਦੇ ਲੜ ਨਾਲ ਪੁੰਝੀਆਂ ਤੇ ਉੱਠ ਖੜਾ ਹੋਇਆ ਕਿਸੇ ਅੱਧ ਚੇਤਨ ਅਹਿਸਾਸ ਨਾਲ ਉਹਨੇ ਆਪਣੀ ਜੁੱਤੀ ਚੁੱਕੀ ਤੇ ਦਲਾਨ ਚਿਕ ਦੂਜੀ ਨਾਲੋਂ ਅੱਡ ਕਰਕੇ ਰੱਖ ਦਿੱਤੀ ਪਰੇ ਸਫਰ ਤੋਂ ਛੁਟਕਾਰਾ ਨਹੀਂ ਸੀ ਹੋਣਾ ਹਾਲਾਂਕਿ ਆਪਣੀ 8 ਦਿਨਾਂ ਦੀ ਮੱਕੀ ਨੂੰ ਗੋਡੀ ਕਰਨੀ ਵੀ ਲਾਜ਼ਮੀ ਸੀ ਸਵੇਰੇ ਦਲਾਨ 'ਚ ਝਾੜੂ ਦਿੰਦਿਆਂ ਬੁੱਢੀ ਨੇ بے ਧਿਆਨੀ ਨਾਲ ਰਹਿਮਾਨ ਦੀ ਜੁੱਤੀ ਪਰਾਂ ਸਰਕਾ ਦਿੱਤੀ ਤੇ ਜੁੱਤੀ ਦੀ ਅੱਡੀ ਦੂਜੀ ਜੁੱਤੀ ਉੱਤੇ ਫੇਰ ਜਾ ਚੜੀ ਸ਼ਾਮ ਹੁੰਦਿਆਂ ਹੁੰਦਿਆਂ ਸਲਾਹ ਢਿੱਲੀ ਹੋਣ ਲੱਗੀ ਸੌਣ ਤੋਂ ਪਹਿਲਾਂ ਅੰਬਾਲੇ ਜਾਣ ਦਾ ਖਿਆਲ ਰਹਿਮਾਨ ਦੇ ਦਿਲ 'ਚ ਕੱਚਾ ਪੱਕਾ ਸੀ ਉਹਦਾ ਖਿਆਲ ਸੀ ਕਿ ਤਰਾਈ ਵਿੱਚ ਗੋਡੀ ਕਰਨ ਤੋਂ ਬਾਅਦ ਇਹ ਕਿਧਰੇ ਜਾਏਗਾ ਤੇ ਨਾਲੇ ਕੱਲ ਦੇ ਮੀਟ ਸਦਕਾ ਫੇਰ ਉਹਦੇ ਢਿੱਡ 'ਚ ਗੜਬੜ ਹੋਣ ਲੱਗ ਪਈ ਸੀ ਪਰ ਸਵੇਰੇ ਜਦੋਂ ਉਹਨੇ ਫਿਰ ਜੁੱਤੀਆਂ ਦੀ ਹਾਲਤ ਵੇਖੀ ਤਾਂ ਉਹਨੇ ਸੋਚਿਆ ਹੁਣ ਅੰਬਾਲੇ ਜਾਏ ਬਿਨਾ ਛੁਟਕਾਰਾ ਨਹੀਂ ਹੋਣਾ ਮੈਂ ਲੱਖ ਇਨਕਾਰ ਕਰਾਂ ਪਰ ਮੇਰਾ ਦਾਣਾ ਪਾਣੀ ਤੇ ਮੇਰੀ ਜੁੱਤੀ ਬੜੀ ਬਲਵਾਨ ਨੇ ਤੇ ਉਹ ਮੈਨੂੰ ਸਫ਼ਰ ਤੇ ਜਾਣ ਵਾਸਤੇ ਮਜਬੂਰ ਕਰ ਰਹੇ ਨੇ ਉਦੋਂ ਸਵੇਰ ਦੇ 7 ਵਜੇ ਸਨ ਤੇ ਸਵੇਰ ਵੇਲੇ ਇਰਾਦੇ ਬੁਲੰਦ ਹੁੰਦੇ ਨੇ ਰਹਿਮਾਨ ਨੇ ਫੇਰ ਆਪਣੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਤੇ ਉਹਨਾਂ ਦੀ ਨਿਗਰਾਨੀ ਕਰਨ ਲੱਗਾ ਤੋਤੇ ਤੇ ਨੀਲ ਦਿੱਤੇ ਕੱਪੜੇ ਰਾਤੋਂ ਰਾਤ ਸੁੱਕ ਕੇ ਲਿਸ਼ਕਣ ਲੱਗ ਪਏ ਸਨ ਨੀਲ ਆਪਣੇ ਆਪ ਨੂੰ ਗਵਾ ਕੇ ਇਸ ਫਾਇਦੇ ਨੂੰ ਕਿੰਨਾ ਉਗਾੜ ਦਿੰਦਾ ਜਦੋਂ ਕਦੀ ਬੁੱਢੀ ਨੀਲ ਦੇ ਬਿਨਾਂ ਕੱਪੜੇ ਧੋਂਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਹੁਣੇ ਉਹਨਾਂ ਨੂੰ ਛੱਪੜ ਦੇ ਪਾਣੀ ਚੋਂ ਕੱਢਿਆ ਹੋਵੇ ਤੇ ਪਾਣੀ ਦੀ ਮਿੱਟ ਮੈਲੀ ਰੰਗਤ ਉਹਨਾਂ 'ਚ ਇੰਜ ਵਸ ਗਈ ਹੋਵੇ ਜਿਵੇਂ ਕਮਲੇ ਦੇ ਦਿਮਾਗ 'ਚ ਸਿਆਣਾ ਹੋਣ ਦਾ ਭਰਮ ਵੱਸਿਆ ਹੁੰਦਾ। ਜਿਨ੍ਹਾਂ ਦੀ ਮਾਂ 2-3 ਦਿਨਾਂ ਦੀ ਹਰ ਰੋਜ਼ ਉਖੜੀ 'ਚ ਜੋਹ ਕੁੱਟ ਕੇ ਸੱਤੂ ਬਣਾ ਰਹੀ ਸੀ। ਘਰੇ ਪੁਰਾਣਾ ਗੁੜ ਪਿਆ ਸੀ ਜਿਹਨੂੰ ਧੁੱਪ 'ਚ ਰੱਖ ਕੇ ਕੀੜੇ ਕੱਢ ਦਿੱਤੇ ਗਏ ਸਨ ਤੇ ਉਹਦੇ ਇਲਾਵਾ ਸੁੱਕੀ ਮੱਕੀ ਦੇ ਭੁੱਟੇ ਸਨ ਜੋ ਜਿਨ੍ਹਾਂ ਦੀ ਮਾਂ ਬੜੇ ਦਿਨਾਂ ਦੀ ਇਸ ਸਫ਼ਰ ਦੀ ਤਿਆਰੀ ਕਰ ਰਹੀ ਸੀ ਤੇ ਜੁੱਤੀ ਦਾ ਜੁੱਤੀ ਤੇ ਚੜਨਾ ਤਾਂ ਸਿਰਫ ਉਹਦੀ ਪੁਸ਼ਟੀ ਕਰਦਾ ਸੀ। ਬੁੱਢੀ ਦਾ ਖਿਆਲ ਸੀ ਕਿ ਇਸ ਬਹਾਨੇ ਰਹਿਮਾਨ ਦਾ ਨਵਾਂ ਤਹਿਮਤ ਵੀ ਬਣ ਜਾਏਗਾ ਤੇ ਜਿੰਨਾਂ ਲਈ ਸੁਗਾਤ ਵੀ ਰਹਿਮਾਨ ਨੇ ਕੁਝ ਸੋਚਦਿਆਂ ਹੋਇਆਂ ਪੁੱਛਿਆ ਜਿਨ੍ਹਾਂ ਦੀ ਮਾਂ ਪਲੰਕੀ ਨਾਂ ਰੱਖਿਆ ਉਹਨਾਂ ਆਪਣੇ ਨਿੱਕੇ ਦਾ ਬੁੱਢੀ ਹੱਸ ਕੇ ਬੋਲੀ ਸਹਾਕ ਇਸ ਸਹਾਕ حضرت ابراہیم ਦੇ ਸਹਜਾਦੇ ਦਾ ਨਾਂ ਜਿਨ੍ਹਾਂ ਦੀ نسل ਝੋਂ ਸਹਬਜ਼ਾਦੇ ਯਾਕੂਬ موسی ਤੇ ঈਸਾ ਵਗੈਰਾ ਅਣਗਿਣਤ ਪੈਗੰਬਰ ਹੋ ਲਿਆ ਇਸਲਾਮ ਹੋਏ ਰੱਖਿਆ ਨਾਂ ਹੋਰ ਕੀ ਰੱਖਿਆ ਉਨਾ ਆਪਣੇ ਨਿੱਕੇ ਦਾ ਸੱਚਮੁੱਚ ਬੜਾ ਕਮਜ਼ੋਰ ਹੈ ਤੇਰਾ ਚੇਤਾ ਵੀ ਇਸ ਹਾਕ ਦਾ ਨਾਮ ਭਲਾ ਰਹਿਮਾਨ ਕਿਵੇਂ ਯਾਦ ਰੱਖ ਸਕਦਾ ਸੀ ਜਦੋਂ ਆਪ ਨਿੱਕਾ ਹੁੰਦਾ ਸੀ ਤੇ ਉਹਦਾ ਦਾਦਾ ਵੀ ਰਹਿਮਾਨ ਦਾ ਨਾਮ ਭੁੱਲ ਗਿਆ ਸੀ ਦਾਦਾ ਖਾਂਦਾ ਪੀਂਦਾ ਆਦਮੀ ਸੀ ਤੇ ਉਹਨੇ ਚਾਂਦੀ ਦੀ ਤਖਤੀ ਉੱਤੇ ਅਰਬੀ ਸ਼ਬਦਾਂ 'ਚ ਰਹਿਮਾਨ ਲਿਖਵਾ ਕੇ ਆਪਣੇ ਪੋਤਰੇ ਦੇ ਗਲ 'ਚ ਪਾ ਦਿੱਤਾ ਸੀ ਪਰ ਪੜਨਾ ਕਿਹਨੂੰ ਆਂਦਾ ਸੀ ਬਸ ਉਹ ਤਖਤੀ ਨੂੰ ਦੇਖ ਕੇ ਹੱਸ ਪੈਂਦਾ ਉਹਨੇ ਦਿਨੀ ਤਾਂ ਨਾਂ ਗਾਮੂ ਸ਼ੇਰਾ ਫੱਤੂ ਫੱਜਾ ਵਗੈਰਾ ਹੀ ਹੁੰਦੇ ਸੀ ਤੇ ਇਸ ਹਾਕ ਸ਼ੋਇਬ ਵਗੈਰਾ ਨਾ ਤਾਂ ਹੁਣ ਕਸਬੀ ਲੋਕਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ ਸੀ ਰਹਿਮਾਨ ਸੋਚਣ ਲੱਗਿਆ ਸਹਾਕ ਤਾਂ ਹੁਣ ਡੇਢ ਸਾਲ ਦਾ ਹੋ ਚੁੱਕਿਆ ਹੋਵੇਗਾ ਹੁਣ ਉਹਦੀ ਧੌਣ ਵੀ ਨਹੀਂ ਝੂਲਦੀ ਹੋਣੀ ਉਹ ਗਰਦਨ ਚੁੱਕ ਕੇ ਮੇਰੇ ਵੱਲ ਬਿਟਰ ਬਿਟਰ ਝਾਕਦਾ ਰਹੇਗਾ ਤੇ ਆਪਣੇ ਨਿੱਕੇ ਜਿਹੇ ਦਿਲ 'ਚ ਸੋਚੇਗਾ ਅੱਲਾ ਜਾਣੇ ਬਾਬਾ ਚਿੱਟੇ ਵਾਲਾਂ ਵਾਲਾ ਬੁੜਾ ਸਾਡੇ ਘਰ ਕਿੱਥੋਂ ਆ ਗਿਆ ਧੰਨਵਾਦ